ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰੇ ਸੱਜਣ ਮਿੱਤਰਾਂ ਦਾ ਬੇਨਤੀ ਇਹ ਆ ਕਿ ਬਹੁਤ ਸੱਜਣਾ ਦੇ ਫੋਨ ਆਏ ਕਮੈਂਟ ਵੀ ਬਹੁਤ ਆਉਂਦੇ ਨੇ ਮੈਨੂੰ ਵੈਸੇ ਵੀ ਕਿਹਾ ਜਾਂਦਾ ਭਾਈ ਤੂੰ ਟਰੈਕਟਰਾਂ ਦੀਆਂ ਗੱਲਾਂ ਕਰੀ ਜਾਂਦਾ ਤੂੰ ਕੋ ਐ ਕਰੀ ਜਾਂਦਾ ਬਾਹ ਕਰੀ ਜਾਂਦਾ ਕੋ ਥੱਲੇ ਕੋਈ ਬੰਦਾ ਕਮੈਂਟ ਲਿਖ ਦਿੰਦਾ ਕਿਸਾਨ ਕੇ ਬਾਰੇ ਵਿੱਚ ਸੋਚੋ ਭਾਈ ਕਿਸਾਨ ਐ ਹੋ ਰਹਾ ਹੈ ਪਹਿਲੀ ਤਾਂ ਗੱਲ ਇਹ ਆ ਕਿ ਮੈਂ ਤਾਂ ਹਰੇਕ ਮੁੱਦੇ ਤੇ ਜ਼ਿੰਮੇਦਾਰਾਂ ਵਾਲੇ ਤੇ ਸਾਰੇ ਯੂਟਿਊਬਰਾਂ ਨੂੰ ਪਹਿਲਾਂ ਵੀਡੀਓ ਪਾਉਣਾ ਮੇਰੀ ਵੀਡੀਓ ਉਹਨੂੰ ਕੋਈ ਦੇਖਦਾ ਹੀ ਨਹੀਂ ਜਦੋਂ ਤੁਸੀਂ ਦੇਖਦਾ ਹੀ ਨਹੀਂ ਉਹਦੇ ਕਰਕੇ ਵਿਚਾਰੇ ਜਿਹੜੇ ਜਿੰਨੇ ਦੂਜੇ ਯੂਟਿਊਬਰ ਨੇ ਉਹ ਵੀ ਨਹੀਂ ਕੋਈ ਪਾਉਂਦਾ ਵੀਡੀਓ ਉਹ ਵੀ ਕਿਉਂ ਪਾਉਣ ਚੱਲ ਕਿਸੇ ਨੇ ਦੇਖਣੀਓ ਨਹੀਂ ਜੇ ਕਿਸਾਨਾਂ ਨਾ ਜ਼ਿੰਮੇਦਾਰਾਂ ਨਾ ਖੜਨਾ ਬਾਈ ਜੀ ਸਟੈਂਡ ਲੈਣਾ ਪਲੀਜ਼ ਸਿੱਖੋ ਨਾਲ ਤੁਰਨਾ ਸਿੱਖੋ ਤਮਾਸ਼ੀ ਵੀ ਨਾਲ ਤਮਾਸ਼ੇ ਵਾਲੀਆਂ ਵੀਡੀਓ ਜ਼ਿਆਦਾ ਦੇਖੀਆਂ ਜਾਂਦੀਆਂ ਨੇ ਹੱਕ ਸੱਚ ਵਾਲੀ ਵੀਡੀਓ ਨੂੰ ਕੋਈ ਦੇਖਦਾ ਹੀ ਨਹੀਂ ਮੈਂ ਤਾਂ ਜਦੋਂ ਆਰਡੀਨੈਂਸ ਵੀ ਆਇਆ ਸੀ ਉਦੋਂ ਵੀ ਮੈਂ ਆਪਾਂ ਹੀ ਪਾਈ ਆ ਹੋਰ ਕਿਸੇ ਨੇ ਪਾਈ ਨਹੀਂ ਉਹਦੇ ਕਰਕੇ ਮੈਂ ਬੇਨਤੀ ਕਰਦਾ ਜੇ ਤੁਸੀਂ ਉਹਨੂੰ ਟਰੈਕਟਰਾਂ ਦਾ ਸ਼ੌਕ ਆ ਟਰੈਕਟਰਾਂ ਸ਼ੌਕ ਕਾਤੇ ਨਾਲ ਜਮੀਨ ਨਾਲ ਫਸਲ ਨਾਲ ਜੇ ਫਸਲਾਂ ਨੇ ਜੇ ਫਸਲਾਈ ਨਾ ਰਹੀਆਂ ਬੋੜੇ ਟੁੱਟ ਗਿਆ ਪਰ ਕਾਦੇ ਟਰੈਕਟਰ ਕਾਦਾ ਆਪਣਾ ਕੀ ਰਹਿ ਜਾਣ ਉਹ ਗੱਲ ਆ ਵੀ ਇਹ ਵੀਡੀਓ ਹੈਗੀ ਆ ਜਿਹੜੀ ਜਿਹੜਾ ਮੰਡੀ ਕਰਨਾ ਜਿਹੜਾ ਫਾਰਮਰ ਆਰਡੀਨੈਂਸ ਆਇਆ ਸੀ ਉੱਚ ਤਿੰਨੇ ਕਲॉज ਆਏ ਸੀ ਸਾਰਾ ਕੁਝ ਕਿ ਕੀ ਹੋਣਾ ਪਹਿਲੀ ਤਾਂ ਮੈਂ ਬੇਨਤੀ ਇਹ ਕਰਦਾ ਮੈਂ ਪਹਿਲਾਂ ਉਹ ਵੀਡੀਓ ਪਾਈ ਹੋਈ ਆ ਉੱਪਰ ਆਈ ਦਾ ਬਟਨ ਦੱਬ ਕੇ ਕਾਰਡ ਚੱਲੂਗਾ ਉੱਪਰ ਆਈ ਦਾ ਬਟਨ ਦੱਬ ਕੇ ਪਹਿਲਾਂ ਪਿਛਲੀ ਵੀਡੀਓ ਦੇਖ ਲਿਓ ਸਾਰੇ ਵੀ ਉਹਦੇ ਵਿੱਚ ਮੈਂ ਸਾਰਾ ਡਿਟੇਲ ਚ ਦੱਸਿਆ ਹੋਇਆ ਵੀ ਕੀ ਗੱਲ ਆ ਹੈ ਕੀ ਬਾਤ ਆ ਕੀ ਹੋਣਾ ਹੈ ਕੀ ਨਹੀਂ ਹੋਣਾ ਉਹ ਤੋਂ ਅਗਲੀ ਗੱਲ ਹੈ ਹੁਣ ਜਿਹੜਾ ਰੌਲਾ ਪੈ ਰਿਹਾ ਵੀ ਮੰਡੀ ਬੋਰ ਟੁੱਟੂਗਾ ਜਾਂ ਨਹੀਂ ਟੁੱਟੂਗਾ ਕੀ ਹੋਊਗਾ ਜੋ ਕਈ ਬੰਦੇ ਕਹਿ ਰਹੇ ਨੇ ਮੰਡੀ ਬੋਰ ਟੁੱਟਣੋਂ ਰਹਿ ਗਿਆ ਹੁਣ ਨਹੀਂ ਟੁੱਟਦਾ ਉਹਦੇ ਬਾਰੇ ਚ ਅੱਜ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ ਪਹਿਲਾਂ ਤਾਂ ਮੈਂ ਇੱਕ ਧੰਨਵਾਦ ਕਰਦਾ ਤੁਹਾਡਾ ਬਹੁਤ ਸ਼ੁਕਰੀਆ ਜਿਹੜੇ ਸੱਜਣ ਫੇਸਬੁੱਕ ਤੇ ਵੀਡੀਓ ਨੂੰ ਦੇਖਦੇ ਨੇ ਆਪਣਾ ਜਿਹੜਾ ਫੇਸਬੁੱਕ ਦਾ ਪੇਜ ਆ ਉਹ ਵੀ ਮੋਨਟਾਈਜ਼ ਆ ਜਿਹੜਾ ਅੱਜ ਕੱਲ੍ਹ ਚ ਹੋ ਜਾਣਾ ਉਹਦਾ ਕ੍ਰਾਈਟੇਰੀਆ ਪੂਰਾ ਕਰਨ ਵਾਸਤੇ ਬਹੁਤ ਧੰਨਵਾਦ ਆ ਅਗਲੀ ਹੈਗੀ ਆ ਉਹ ਚ ਜ ਆਪਾਂ ਡਿਟੇਲ ਜਿਹੜੀ ਵੀਡੀਓ ਪਾਤੀ ਸੀ ਪਰ ਅੱਜ ਦਾ ਜਿਹੜਾ ਮੁੱਦਾ ਚੱਲ ਰਿਹਾ ਹੁਣ ਕਈ ਬੰਦਿਆਂ ਨੂੰ ਲੱਗ ਰਿਹਾ ਕਿ ਜਿਹੜਾ ਮੰਡੀ ਬੋਰਡ ਆ ਟੁੱਟਣੋਂ ਰਹਿ ਗਿਆ ਮੰਡੀ ਬੋਰਡ ਟੁੱਟਦਾ ਨਹੀਂ ਜਾਂ ਜੋ ਵੀ ਆ ਪਰ ਇਹ ਜ ਆ ਬਾਈ ਜੀ ਕੁਛ ਨਹੀਂ ਜੋ ਸਰਕਾਰ ਨੇ ਸੈਂਟਰ ਗਵਰਨਮੈਂਟ ਨੇ ਜੋ ਪਾਲਿਸੀ ਲਿਆਂਦੀ ਸੀ ਉਹ ਅੱਜ ਵੀ ਉਦਾਂ ਹੀ ਐਜ਼ ਇਟ ਇਜ਼ ਬਣੀ ਹੋਈ ਆ ਮੰਡੀ ਬੋਰਡ ਆ ਜਿਹੜਾ ਜੋ ਪਹਿਲਾਂ ਕਾਨੂੰਨ ਸੀ ਅੱਜ ਵੀ ਉਹੀ ਆ ਕੋਈ ਇਹ ਚ ਫੇਰ ਬਦਲ ਨਹੀਂ ਕੀਤਾ ਇੱਕ ਗੱਲ ਐ ਹੁਣ ਇਹ ਸਰਕਾਰ ਦੇ ਤਾਂ ਹੱਥੋਂ ਚੀ ਲੰਘੀ ਚਲੋ ਕਿਸੇ ਹੱਦ ਤੱਕ ਤਾਂ ਢਿੱਲੀ ਪਈ ਹੋਈ ਆ ਸਰਕਾਰ ਕਿਉਂਕਿ ਅੱਗੇ ਵੋਟਾਂ ਆਉਣੀਆਂ ਨੇ ਫੈਡਰਲ ਦੀਆਂ ਸੈਂਟਰ ਦੀਆਂ ਪਰ ਜਿਹੜੀ ਸਭ ਤੋਂ ਮੇਨ ਗੱਲ ਆ ਉਹ ਅੱਜ ਵੀ ਉਹੀ ਆ ਕੱਲ ਵੀ ਹੋਈ ਸੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਜਿੰਨੀਆਂ ਯੂਨੀయన్స్ ਨੇ ਜਿੰਨੇ ਜ਼ਿਮੀਂਦਾਰਾਂ ਨੇ ਵਿਰੋਧ ਕੀਤਾ ਮਹਾਰਾਜਾ ਉਹਨਾਂ ਨੂੰ ਚੜ੍ਹਦੀ ਕਲਾ ਦਵੇ ਉਹ ਇਦਾਂ ਹੀ ਡਟੇ ਰਹਿਣ ਪਰ ਜੇ ਆਪਾਂ ਨੂੰ ਇਹ ਲੱਗ ਰਿਹਾ ਕਿ ਮੰਡੀ ਬੋਰ ਹੁਣ ਟੁੱਟਦਾ ਨਹੀਂ ਹੁਣ ਤਾਂ ਇਹ ਵਿੱਚੇ ਰਹਿ ਗਿਆ ਇਹ ਨਹੀਂ ਟੁੱਟਦਾ ਇਹ じゃ ਬਾਈ ਜੀ ਕੁਝ ਨਹੀਂ ਹੁਣ ਸਰਕਾਰ ਦੇ ਹੱਥੋਂ ਇਹ ਗੱਲ ਲੰਘੀ ਹੁਣ ਇਹ ਗੱਲ ਜ਼ਿਮੀਂਦਾਰਾਂ ਦੇ ਹੱਥਾਂ 'ਚ ਸਰਕਾਰ ਦਾ ਕਾਨੂੰਨ ਕੀ ਸੀ ਜੇ ਤੁਸੀਂ ਪਹਿਲੀ ਉਹ ਵੀਡੀਓ ਦੇਖ ਲਿਓ ਤਿੰਨੇ ਜਿਹੜੇ ਆਰਡੀਨੈਂਸ ਲਿਆਂਦੇ ਗਏ ਸੀ ਉਹਨਾਂ ਦੇ ਵਿੱਚ ਇਹ ਸਰਕਾਰ ਨੇ ਕਿਹਾ ਸੀ ਕਿ ਮੰਡੀ ਬੋਰਡ ਇੱਕ ਪਾਸੇ ਚੱਲੂਗਾ ਹੀ ਚੱਲੂਗਾ ਐਮਐਸਪੀ ਵੀ ਰਹੂਗੀ ਉਹ ਰਹੂਗੀ ਪਰ ਅਸੀਂ ਪ੍ਰਾਈਵੇਟ ਖਰੀਦ ਆ ਜਿਹੜੀ ਉਹ ਇੱਕ ਪਾਸੇ ਕਰਾਵਾਂਗੇ ਇੰਨੇ ਪ੍ਰਾਈਵੇਟ ਸਾਈਲੋਸ ਬਣ ਰਹੇ ਨੇ ਤੁਸੀਂ ਇੱਧਰ ਮਾਲਵੇ ਵਾਲੇ ਪਾਸੇ ਦੇਖ ਲੋ ਅਦਾਨੀ ਅੰਬਾਨੀਆਂ ਦੇ ਪਤਾ ਨਹੀਂ ਰੱਬ ਜਾਣੇ ਕੀ ਦੇ ਨੇ ਉਹ ਕਾਦੇ ਵਾਸਤੇ ਬਣ ਰਹੇ ਨੇ ਸਰਕਾਰ ਦੀ ਪਾਲਿਸੀ ਹੁਣ ਇਹ ਆ ਕਿ ਜ਼ਿਮੀਂਦਾਰ ਆਪਣੇ ਆਪ ਹੀ ਆਪਣੇ ਹੱਥ ਵੜਾ ਲਵੇ ਹੁਣ ਇਹ ਮਾਮਲਾ ਸਾਰਾ ਤੁਹਾਡੇ ਹੱਥ ਹੈ ਜੀਰੀ ਦੀ ਜਿਹੜੀ ਫਸਲ ਆ ਉਹ ਆ ਰਹੀ ਆ ਤਿਆਰ ਬਰ ਤਿਆਰ ਖੜੀ ਆ ਹੁਣ ਮੇਰਾ ਵੀਰ ਤੁਸੀਂ ਆ ਜਿਹੜਾ ਉਹ ਸਟੈਂਡ ਦਿਖਾਉਣਾ ਜੇ ਤੁਸੀਂ ਸਟੈਂਡ ਨਾ ਰੱਖਿਆ ਮੰਡੀ ਮੰਡੀ ਬੂੜ ਫੇਰ ਰਹਿਣਾ ਨਹੀਂ ਉਹ ਕਿਵੇਂ ਨਹੀਂ ਰਹਿਣਾ ਸਰਕਾਰ ਨੇ ਜਿਹੜਾ ਕਾਨੂੰਨ ਲਿਆਂਦਾ ਸੀ ਕਿ ਮੰਡੀ ਉਦਾਂ ਹੀ ਖੁੱਲੀ ਰਹੂਗੀ ਪਰ ਜਿਹੜੇ ਵੀ ਬੰਦੇ ਨੇ ਬਾਹਰ ਵੇਚਣੀ ਆ ਫਸਲ ਆਪਣੀ ਕੋਈ ਬਾਹਰ ਵੇਚਣੀ ਚਾਹੁੰਦਾ ਉਹ ਫਸਲ ਆ ਜਿਹੜੀ ਉਹ ਬਾਹਰ ਵੇਚ ਸਕਦਾ ਹੁਣ ਕੀ ਸਰਕਾਰ ਨੇ ਕਰਨਾ ਹੈ ਉਹ ਪਹਿਲੀ ਵੀਡੀਓ ਵੀ ਦੇਖ ਲਿਓ ਉਹਦੇ ਵਿੱਚ ਵੀ ਆ ਜਿਹੜੀ 8% ਦਾ ਖਰਚਾ 8% ਦਾ ਚਾਰजेस ਮੰਡੀ ਬੋਰਡ ਦਾ ਖਰਚਾ 8% ਟੋਟਲ ਬਣਦਾ ਹੈ ਸਰਕਾਰ ਨੂੰ 8% ਇੱਕ ਕੁਆਂਟਲ ਮਗਰ ਸਿੱਧੇ ਸਿੱਧੇ 8 ਰੁਪਏ ਬਣ ਗਏ ਜੇ 17-1800 ਦਾ ਰੇਟ ਮੰਨ ਕੇ ਚੱਲੋ ਉਹ 100 150 160 ਰੁਪਈਆ ਬਣਦਾ ਉਹ ਇਹਨਾਂ ਨੇ ਪ੍ਰਾਈਵੇਟ ਵਾਲੇ ਤੋਂ ਸਿਰਫ 1% ਚਾਰਜ ਕਰਨਾ ਹੈ ਜੇ ਕਿਸੇ ਨੇ ਪ੍ਰਾਈਵੇਟ ਜਿਹੜੇ ਕਾਰੋਗਾਰੀ ਨੇ ਖਰੀਦਣੀ ਉਹੀ 150 ਰੁਪਿਆ ਚੱਕ ਕੇ ਇਹਨਾਂ ਨੇ ਜ਼ਿਮੀਦਾਰਾਂ ਨੂੰ ਦੇਣ ਦੀ ਕੋਸ਼ਿਸ਼ ਕਰਨੀ ਆ ਪ੍ਰਾਈਵੇਟ ਵਾਲਿਆਂ ਨੇ ਮੰਡੀ 'ਚ ਜੇ ਆਧਾਰਨ ਦੇ ਤੌਰ ਤੇ 1800 ਰੁਪਿਆ ਰੇਟ ਆ ਬਾਹਰ ਤੋਂ ਉਹਨੂੰ ਲਾਲਚ 1950 ਦਾ 2000 ਦਾ ਦਿੱਤਾ ਜਾਣਾ ਜਿਹੜਾ ਕਿ 4 ਦਿਨ ਦੀ ਚਾਨਣੀ ਉਸਕੇ ਬਾਅਦ ਹਨੇਰੇ ਵਾਲਾ ਕੰਮ ਹੈ ਉਹ ਤੁਹਾਨੂੰ ਹੁਣ ਜ਼ਰੂਰ ਦਿਖੂਗਾ ਪਰ ਜਿੱਦਣ ਉਹ ਸਿਰਫ ਇੱਕ ਇਹਨਾਂ ਦੀ ਪਾਲਿਸੀ ਆ ਵੀ ਮੰਡੀ ਬੋਰਡ ਨੂੰ ਇਸ ਤਰੀਕੇ ਨਾਲ ਆਪਾਂ ਫਲੌਪ ਕਰਦੀ ਮੰਡੀ ਬੋਰਡ ਟੁੱਟ ਜਾਣਾ ਜਦੋਂ ਆਪਾਂ ਨੇ ਜਿਹੜੇ ਲਾਲਚ ਦੇ ਨਾਲ ਜ਼ਿਮੀਦਾਰਾਂ ਨੇ ਰਿਲੇਸ਼ਨ ਆੜਤੀਆਂ ਨਾਲ ਵੀ ਆਪਣਾ ਖਰਾਬ ਕਰ ਲੈਣਾ ਹੈ ਮੰਡੀ ਵੀ ਫਲॉप ਹੋ ਜਾਣੀ ਆ ਮਾਲ ਬਾਹਰ ਨੂੰ ਜਾਣ ਲੱਗ ਜਾਣਾ ਫੇ ਸਰਕਾਰ ਜਿਹੜੀ ਸੁਭਾ ਸਰਕਾਰੋਂ ਮੰਡੀ ਚਲਾਊਗੀ ਬਾਈ ਜੀ ਕਿਸ ਦੇ ਨਾਲ ਜੇ ਉੱਥੇ ਫਸਲ ਹੀ ਨਹੀਂ ਆਊਗੀ ਮੰਡੀ ਬੋਰਡ ਨੇ ਇੱਕ ਦਿਨ ਆਪਣੇ ਆਪੇ ਫਲॉप ਹੋ ਜਾਣਾ ਸਰਕਾਰ ਨੂੰ ਇਹ ਕੰਮ ਬੋਰਡ ਤੋੜਨ ਦੀ ਕੋਈ ਲੋੜ ਨਹੀਂ ਇਹ ਬੋਰਡ ਤੋੜਨ ਦਾ ਜਿਹੜਾ ਚੱਕਰ ਆ ਉਹ ਸਾਰਾ ਆਪਣੇ ਹੱਥ ਚ ਰਹਿ ਗਿਆ ਹੁਣ ਮੇਰੀ ਇਹ ਤਰੀਕਾਕਾਰ ਕੀ ਆ ਇਹਨਾਂ ਨੂੰ ਇਹ ਆ ਕਿ ਜ਼ਿਮੀਂਦਾਰ ਲਾਲਚ ਦੇ ਚੱਕਰ ਚ ਆਪਣੇ ਆਪੇ ਫਸਲ ਆਪਣੀ ਬਾਹਰ ਲੈ ਜਾਵੇ ਬਾਹਰ ਫਸਲ ਲਿਜਾ ਕੇ ਹੌਲੀ 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 ਮੰਡੀ ਬੋਰਡ ਜਿਹੜਾ ਫਲॉप ਹੋ ਜਵੇ ਫਿਰ ਸਿਰਫ ਪ੍ਰਾਈਵੇਟ ਵਪਾਰੀ ਰਹਿ ਜਾਣਾ ਫਿਰ ਰਾਮ ਨਬ ਦੀ ਮਨਮਰਜ਼ੀ ਕਰਨਗੇ ਕਿਸੇ ਨੇ ਤੁਹਾਨੂੰ ਪੁੱਛਣਾ ਨਹੀਂ ਕਿਸੇ ਨੇ ਤੁਹਾਨੂੰ ਗਿੱਚਣਾ ਨਹੀਂ ਹੁਣ ਜ਼ਿੰਮੇਦਾਰ ਸੱਜਣਾ ਨੂੰ ਮੇਰੀ ਕੀ ਬੇਨਤੀ ਹੈ ਬਾਈ ਜੀ ਦੇਖੋ ਸਰਕਾਰ ਨੇ ਤਾਂ ਤੋੜਿਆ ਨਹੀਂ ਹੁਣ ਆਪਾਂ ਨਾ ਤੋੜ ਦਿਓ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿੰਨੇ ਜ਼ਿੰਮੇਦਾਰਾਂ ਦਾ ਉਹ ਹੈ ਅੱਜ ਤੱਕ ਆਪਾਂ ਇੱਕ ਝੰਡੇ ਹੇਠ ਇਕੱਠੇ ਨਹੀਂ ਹੋ ਸਕੇ ਅੱਜ ਤੱਕ ਆਪਾਂ ਨੂੰ ਹੱਕ ਕੱਦ ਨਹੀਂ ਮਿਲਦੇ ਮੰਨ ਲਓ ਪਹਿਲਾਂ ਮੈਂ ਦੇਖਦਾ ਹੁੰਦਾ ਸੀ ਮੰਡੀ 'ਚ ਹੜਤਾਲ ਹੋਣੀ ਜੇ ਕਿਸੇ ਨੂੰ ਅੱਖ ਮਾਰਦੇ ਨਹੀਂ ਆੜਤੀਆਂ ਵੀ ਲੈ ਤੇਰੀ ਤੋਲ ਦਿੰਦੇ ਆ ਤੂੰ ਰੌਲਾ ਨਾ ਪਾ ਉਹਨੇ ਨਾਲ ਦੀ ਨਾਲ ਤਲਾਕੇ ਭੱਜ ਜਾਣਾ ਬਾਕੀਆਂ ਨੇ ਖੜੇ ਰਹਿ ਜਾਣਾ ਨਾ ਮੈਂ ਮੰਡੀ ਆੜਤੀ ਤੇ ਖਲਾਫ ਆ ਨਾ ਮੈਂ ਕਿਸੇ ਮੰਡੀ ਬੋਰਡ ਦੇ ਨਾ ਮੈਂ ਸਰਕਾਰ ਦੇ ਏਕਾ ਥੋੜਾ ਆਪਣਾ ਨਹੀਂ ਏਕਾ ਕਰੋ ਆਪਣੇ ਆੜਤੀਆਂ ਨਾਲ ਰਿਲੇਸ਼ਨ ਨਾ ਖਰਾਬ ਕਰੋ ਆਪਣੇ ਆੜਤੀਆਂ ਦੇ ਫਸਲ ਲੈ ਕੇ ਜਾਓ ਮੰਡੀਆਂ ਚ ਫਸਲ ਨੂੰ ਵੇਚੋ ਤਾਂ ਕਿ ਜਿਹੜਾ ਮੰਡੀ ਬੋਰਡ ਆ ਉਦੋਂ ਹੀ ਚੱਲਿਆ ਰਹੇ ਸੂਬਾ ਸਰਕਾਰ ਨੂੰ ਰੈਵਨਿਊ ਵੀ ਆਵੇ ਆਪਣੇ ਜਿਹੜੀ ਰੂਰਲ ਡਿਵੈਲਪਮੈਂਟ ਆ ਉਹ ਵੀ ਚੱਲਦੀ ਰਹੇ ਇਹ ਆਪਣਾ ਜਿਹੜਾ ਮੰਡੀ ਬੋਰਡ ਆ ਇਹ ਸਦਾ ਵਾਸਤੇ ਇਦਾਂ ਹੀ ਬਣਿਆ ਰਹੇ ਹੁਣੇ ਹਰ ਗੱਲ ਤੁਹਾਡੇ ਹੱਥ ਹੈ ਮੰਨ ਕੇ ਚੱਲੋ ਅੱਜ ਤੋਂ 1 ਮਹੀਨੇ ਤੱਕ ਅੱਜ ਮੇਰਾ ਖਿਆਲ ਆ 6 ਸਤੰਬਰ ਹੋ ਗਿਆ 1 ਅਕਤੂਬਰ ਤੋਂ ਮੇਰਾ ਖਿਆਲ ਆ ਮੰਡੀਆਂ ਨੇ ਜਿਹੜੀਆਂ ਖੁੱਲ ਜਾਣੀਆਂ ਨੇ ਮੰਡੀ ਜਦੋਂ ਖੁੱਲੂਗੀ ਜਿੰਨੀ ਤੁਹਾਡੇ ਕੋਲ ਫਸਲ ਹੈ ਜੋ ਵੀ ਤੁਸੀਂ ਜਿੰਸ ਵੇਚਣੀ ਆ ਕਦੇ ਕਿਸੇ ਦੇ ਲਾਲਚ ਨਾ ਮੇਰਾ ਵੀਰਾਓ 100 150 200 ਦੇ لالچ ਚ ਤੁਹਾਡਾ ਬਾਂਦਰ ਲੰਡਾ ਹੋ ਜਾਣਾ ਆਪਣੀ ਜਿੰਨੀ ਵੀ ਫਸਲ ਆ ਉਹ ਸਾਰੀ ਆੜਤੀਆਂ ਦੇ ਲੈ ਕੇ ਜਾਇਓ ਮੰਡੀਆਂ ਚ ਫਸਲ ਸਿੱਟਿਓ ਤਾਂ ਕਿ ਆਪਣਾ ਜਿਹੜਾ ਮੰਡੀ ਬੋਰਡ ਆ ਉਹ ਬਚਾਇਆ ਜਾ ਸਕੇ ਇਹ ਹੁਣ ਤੁਹਾਡੇ ਹੱਥ ਗੇਮ ਰਹਿ ਗਈ ਇਹ ਕਿਸੇ ਦੇ ਹੋਰ ਸੱਜਣ ਦੇ ਹੱਥ ਨਹੀਂ ਹੈਗੀ ਜੇ ਆਪਾਂ ਸਰਕਾਰ ਨੂੰ ਦੋਸ਼ ਦਈਏ ਇਹ ਸਿਰਫ ਹੁਣ ਇਹਨਾਂ ਨੇ ਪਾਲਿਸੀ ਇਹ ਜੀ ਬਣਾਈ ਆ ਕਿ ਅਸੀਂ ਤੋੜਨ ਦੀ ਸਾਨੂੰ ਲੋੜ ਨਹੀਂ ਅਸੀਂ ਜ਼ਿੰਮੇਦਾਰ ਨੂੰ ਐ لالਚ ਦੇ ਕੇ ਜ਼ਿੰਮੇਦਾਰ لالਚ ਚ ਆ ਜਾਂਦਾ ਅੱਜ ਤੱਕ ਆਪਣਾ ਆਜ਼ਾਦੀ ਤੋਂ ਬਾਅਦ ਇਹੀ ਤਰੀਕੇ ਨਾਲ ਜਿਹੜਾ ਸ਼ੋਸ਼ਣ ਹੁੰਦਾ ਆਇਆ ਨਾਲੇ ਸਰਕਾਰਾਂ ਨੇ ਸੱਚੀਆਂ ਹੋ ਜਾਣਾ ਨਾਲੇ ਆਪਣਾ ਜਿਹੜਾ ਬੰਦਰ ਲੰਡਾ ਹੋ ਜਾਣਾ ਮੈਂ ਇਹ ਵੀ ਨਾਲ ਕਹਿਣਾ ਕਿ ਕੋਈ ਵੀ ਸੱਜਣ ਇਸ ਭਲੇਖੇ 'ਚ ਨਾ ਰਹੇ ਕਿ ਮੰਡੀ ਬੋਰਡ ਟੁੱਟਣੋਂ ਬਚ ਗਿਆ ਜਾਂ ਕੋਈ ਕਾਨੂੰਨ 'ਚ ਤਬਦੀਲੀ ਹੋ ਗਈ ਜੋ ਆਰਡੀਨੈਂਸ ਲਿਆਂਦੇ ਗਏ ਸੀ ਉਹ ਅੱਜ ਵੀ ਐਜ਼ ਇਟ ਇਜ਼ ਓਕਣੇ ਖੜੇ ਨੇ ਉਹੀ ਪਾਲਿਸੀ ਆ ਜਿਹੜੀ ਅੱਗੇ ਉਹ ਲਾਗੂ ਹੋਣੀ ਆ ਪਰ ਇੱਕ ਆਪਣੇ ਕੋਲ ਇੱਕ ਜਿਹੜਾ 골ਡਨ ਚਾਂਸ ਆ ਸਿਨੈਰੀ ਮੌਕਾ ਆਪਣੇ ਕੋਲੇ ਕਿ ਆਪਾਂ ਮੰਡੀ ਬੋਰਡ ਨੂੰ ਏਦਾਂ ਜਿਹੜਾ ਉਹ ਬਚਾ ਸਕਦੇ ਆ ਜੇ ਆਪਾਂ ਫਸਲ ਆਪਣੀ ਆੜਤੀਆਂ ਦੇ ਇੱਥੇ ਮੰਡੀਆਂ 'ਚ ਲੈ ਕੇ ਜਾਵਾਂਗੇ ਇਹਨਾਂ ਦਾ ਇਹੀ ਤਰੀਕਾ ਹੈ ਜਿਨ੍ਹਾਂ ਨੇ ਇਹ ਸਾਈਲੋਜ਼ ਵਗੈਰਾ ਪ੍ਰਾਈਵੇਟ ਖਰੀਦ ਵਾਸਤੇ ਏਡੇ ਏਡੇ ਭੰਡਾਰ ਇਹਨਾਂ ਨੇ ਸਾਈਲੋਜ਼ ਬਣ ਰਹੇ ਨੇ ਉਹ ਕਾਦੇ ਵਾਸਤੇ ਬਣ ਰਹੇ ਨੇ ਇਹਨਾਂ ਨੂੰ ਪਤਾ ਹੈ ਵੀ ਅਸੀਂ ਲਾਲਚ 'ਚ ਰਹਿ ਕੇ ਜ਼ਿਮੀਂਦਾਰ ਨੂੰ ਰਗੜ ਦੇਣਾ ਪਰ ਇਹ ਮੇਰੀ ਸਾਰੇ ਸੱਜਣਾਂ ਨੂੰ ਹੱਥ ਬੰਨ੍ਹ ਕੇ ਅਪੀਲ ਹੈ ਜੇ ਤੁਸੀਂ ਆਪਣਾ ਫਿਊਚਰ ਬਚਾਉਣਾ ਹੈ ਜੇ ਤੁਸੀਂ ਚਾਹੁੰਦੇ ਹੋ ਸਾਡੇ ਜਵਾਬ ਕੇ ਖੇਤੀ ਕਰਦੇ ਰਹਿ ਜਾਣ ਸਾਈਟਰ ਟੂਟਰਾਂ ਸੰਧ ਬੰਦ ਇੱਥੇ ਰਹਿ ਜਾਣੇ ਨੇ ਕਿਸੇ ਨੇ ਨਹੀਂ ਪੁੱਛਣੇ ਲੱਖ ਲੱਖ ਰੁਪਏ ਦੇ ਹੁਣ ਦੇ ਫਿਰਨਗੇ ਮੇਰੀ ਸਾਰਿਆਂ ਨੂੰ ਬੇਨਤੀ ਆ ਕੋਈ ਵੀ ਸੱਜਣ ਆੜਤੀ ਜਿਹੜੇ ਆਪਣੇ ਪਹਿਲਾਂ ਤੋਂ ਬਜ਼ੁਰਗਾਂ ਨਾਲ ਵਰਤਦੇ ਆਏ ਨੇ ਇਹਨਾਂ ਨਾਲ ਆਪਣਾ ਸਾਬ ਕਿਤਾਬ ਨਾਲ ਖਰਾਬ ਕਰੋ ਇਹਨਾਂ ਦੇ ਫਸਲਾ ਇਹ ਵੀ ਆਪਣੇ ਨਾਲ ਜੁੜ ਕੇ ਚੱਲਦੇ ਨੇ ਆਪਾਂ ਇਹਨਾਂ ਨਾਲ ਜੁੜ ਕੇ ਚੱਲਦੇ ਆ ਆਪਣੇ ਸੂਬੇ ਦੀ ਰੂਰਲ ਡਿਵੈਲਪਮੈਂਟ ਨਾਲ ਖਰਾਬ ਕਰੋ ਇੱਕ ਮੈਂ ਤੁਹਾਨੂੰ ਹੋਰ ਗੱਲ ਇਹ ਚ ਦੱਸ ਦਿੰਨਾ ਜਿੱਦਣ ਇਹ ਕਾਨੂੰਨ ਲਾਗੂ ਹੋ ਗਿਆ ਜਿੱਦਣ ਮੰਡੀ ਬੋਰਡ ਫਲੌਪ ਹੋ ਗਿਆ ਅੱਜ ਜਿਹੜੀ ਐਗਰੀਕਲਚਰ ਆ ਇਹ ਸਟੇਟ ਸਬਜੈਕਟ ਆ ਇਹ ਫੈਡਰਲ ਦੇ ਹੱਥਾਂ 'ਚ ਚੱਲਿਆ ਜਾਣਾ ਹੈ ਸੂਬਾ ਸਰਕਾਰ ਕੋਈ ਰਾਈਟ ਐ ਨਹੀਂ ਰਹਿਣਾ ਸੂਬਾ ਕੋਈ ਇਹਦੇ ਤੇ ਫੈਸਲਾ ਹੀ ਨਹੀਂ ਲੈ ਸਕਿਆ ਕਰੂਗਾ ਇਹਨੂੰ ਸੂਬੇ ਆਪਣੇ ਪੰਜਾਬ ਦੇ ਹੱਥਾਂ 'ਚ ਮੇਰਾ ਵੀ ਰਹਿਣ ਦੋ ਸੋ ਮੇਰੀ ਸਾਰਿਆਂ ਨੂੰ ਫਾਈਨਲੀ ਅਪੀਲ ਹੈ ਕਿ ਜਿੰਨੀ ਵੀ ਫਸਲ ਹੈ ਕਦੇ ਕਿਸੇ ਦੇ ਲਾਲਚ ਚ ਨਾ ਆਓ ਇਹਨੂੰ ਉਰਾਂ ਪਰਾਂ ਨਾ ਸਿੱਟੋ ਇਹ ਛੋਟੀਆਂ ਹੌਲੀਆਂ ਗੱਲਾਂ ਨੇ ਚੰਗੀਆਂ ਵੀ ਨਹੀਂ ਲੱਗਦੀਆਂ ਵੈਸੇ ਸਾਰੇ ਸੱਜਣ ਦਾਣਾ-ਦਾਣਾ ਅਪਧਾਰਤੀਆਂ ਤੇ ਆਪਣੇ ਮੰਡੀਆਂ ਦੇ ਵਿੱਚ ਭਗਤਾ ਕੇ ਆਓ ਇਹ ਤਾਂ ਬਚ ਸਕਦਾ ਬਾਈ ਜੀ ਨਹੀਂ ਇਹ ਕੰਮ ਆਪਣੇ ਹੱਥੋਂ ਗਿਆ ਹੁਣ ਮੈਂ ਦੇਖੂਗਾ ਮੈਨੂੰ ਕਹਿ ਦਿੰਦੇ ਨੇ ਥੱਲੇ ਕਮੈਂਟ ਕਰੀ ਜਾਂਦੇ ਨੇ ਭਾਈ ਜ਼ਿਮੀਦਾਰ ਮਰ ਰਿਹਾ ਏ ਤੂੰ ਮੁਕਾਬਲਾ ਕਰਾ ਰਹੇ ਹੋ ਟਰੈਕਟਰ ਕਾ ਭਾਈ ਜ਼ਿਮੀਦਾਰ ਦੀ ਮਦਦ ਕਰੋ ਆ ਮੈਂ ਹਰੇਕ ਵੀਡੀਓ ਜ਼ਿਮੀਦਾਰ ਦੇ ਹੱਕ 'ਚ ਮੰਡੀ ਬੋਰਡ ਦੇ ਹੱਕ 'ਚ ਜੋ ਜੋ ਵੀ ਜਾਇਜ਼ ਬੋਲਣ ਵਾਲਾ ਹੁੰਦਾ ਮੈਂ ਹਮੇਸ਼ਾ ਪਾਉਣਾ ਆ ਹੁਣ ਹੁਣ ਤੁਸੀਂ ਆਪ ਦੇਖ ਲਿਓ ਵੀ ਇਹ ਵੀਡੀਓ ਨੂੰ ਕੋਈ ਕਿੰਨਾ ਕੁ ਦੇਖਦਾ ਜੇ ਇਹਨੂੰ ਕੋਈ ਬਹੁਤ ਸਪੋਰਟ ਮਿਲਦੀ ਆ ਤਾਂ ਹੀ ਭਾਈ ਅਸੀਂ ਤਾਂ ਤਾਂ ਹੀ ਪਾਵਾਂਗੇ ਸਿੱਧੀ ਜੀ ਗੱਲ ਐ ਮੈਂ ਚਲੋ ਆਪ ਤੇ ਹਸਾਬ ਨਾਲ ਮੈਂ ਫੇਰ ਵੀ ਪਾਈ ਹੋ ਜਾਣੀਆਂ ਨੇ ਪਰ ਹੋਰ ਕੋਈ ਯੂਟਿਊਬਰ ਤੁਸੀਂ ਕਹਿੰਦੇ ਹੋ ਕਿਉਂ ਨਹੀਂ ਪਾਉਂਦਾ ਜਦ ਤੁਸੀਂ ਕੋਈ ਦੇਖਦੇ ਹੀ ਨਹੀਂ ਅਗਲਾ ਕਿਉਂ ਪਾਵੇ ਬਈ ਜਦੋਂ ਤੁਸੀਂ ਨਹੀਂ ਨਾਲ ਤੁਰਦੇ ਇਹ ਇਹ ਚੀਜ਼ਾਂ ਨੇ ਆਪਣੀਆਂ ਜਿਨ੍ਹਾਂ ਕਰਕੇ ਅੱਜ ਆਪਣਾ ਅੱਜ ਤੱਕ ਕਿਉਂ ਨਹੀਂ ਕੁਝ ਬਣ ਸਕਿਆ ਆਪਾਂ ਏਕਾ ਨਹੀਂ ਏਕਾ ਕਰੋ ਇੱਕ ਝੰਡੇ ਥੱਲੇ ਇਕੱਠੇ ਹੋ ਚੰਗੀਆਂ ਗੱਲਾਂ ਕਰੋ ਜੇ ਕਿਤੇ ਜਵਾਨ ਕਰ ਲਈ ਉੱਥੇ ਖੜੋ ਇਕੱਠੇ ਹੋਵੋ ਤਾਂ ਕਿ ਆਪਾਂ ਜਿਹੜੀ ਅੱਗੇ ਤਰੱਕੀ ਕਰ ਸਕੀ ਆਉਣ ਵਾਲੀਆਂ ਪੀੜ੍ਹੀਆਂ ਖੇਤੀ ਕਰ ਸਕਣ ਜਿਹੜਾ ਮੰਡੀ ਬੋਰਡ ਹੈ ਇਹ ਟੁੱਟਣ ਤੋਂ ਬਚ ਸਕੇ ਇਹ ਨਾ ਹੁਣ ਤੋਂ ਜਿਹੜਾ ਬੰਦਾ ਦੋਸ਼ ਦਊਗਾ ਕਿ ਸਰਕਾਰ ਨੇ ਮੰਡੀ ਬੋਰਡ ਤੋੜਤਾ ਇਹ ਸਰਕਾਰ ਦਾ ਦੋਸ਼ ਨਹੀਂ ਹੋਊਗਾ ਇਹ ਦੋਸ਼ ਆਪਣੇ ਜ਼ਿੰਮੇਵਾਰਾਂ ਦਾ ਹੋਊਗਾ ਇਹ ਇੱਕੇ ਦੇ ਵਿੱਚ ਕਲੋਜ਼ ਆ ਕਿ ਅਸੀਂ ਮੰਡੀ ਬੋਰਡ ਚੱਲਦਾ ਰੱਖਾਂਗੇ ਐਮਐਸਪੀ ਵੀ ਠੋਡੀ ਬਣੀ ਰਹੂਗੀ ਪਰ ਇਹਨਾਂ ਦੀ ਪਾਲਿਸੀ ਕੀ ਆ ਕਿ ਮੰਡੀ 'ਚ ਫਸਲ ਹੀ ਨਹੀਂ ਆਊਗੀ ਫਲॉप ਹੋ ਜਾਣਾ ਲਾਲਚ ਦੇ ਕੇ ਇਹਨੂੰ ਫਲॉप ਹੋਣ ਤੋਂ ਬਚਾ ਲਓ ਆਪਣਾ ਫਿਊਚਰ ਬਚਾ ਲਓ ਮੇਰੀ ਇਹੀ ਫੇਰ ਦੁਬਾਰੇ ਅਪੀਲ ਆ ਇਸ ਤੋਂ ਬਾਅਦ ਮੈਂ ਕੋਈ ਰਾਸ਼ਟਰਪਤੀ ਤਾਂ ਹੈ ਨਹੀਂ ਜਾਂ ਮੈਂ ਕੋਈ ਪ੍ਰਧਾਨ ਮੰਤਰੀਆਂ ਜਾਂ ਮੈਂ ਕੋਈ ਮੇਰੇ ਕੋਈ ਹੱਥ ਹੈ ਇੰਨਾ ਇਕੱਲਾ ਹੀ ਕੁਝ ਕਰ ਸਕਦਾ ਤਾਂ ਸਾਰਿਆਂ ਦੀ ਸਪੋਰਟ ਹੁੰਦੀ ਆ ਸੋ ਇਹੀ ਇਹਦੇ ਵਾਸਤੇ ਅੱਜ ਵੀਡੀਓ ਪਾਉਣੀ ਸੀ ਤੋਂ ਇਹੀ ਇਸ ਤੋਂ ਵੱਧ ਮੈਂ ਕੁਝ ਕਹਿ ਨਹੀਂ ਸਕਦਾ ਸੋ ਇਹ ਵੀਡੀਓ ਨੂੰ ਸਾਰੇ ਮੇਰਾ ਵੀਰ ਸ਼ੇਅਰ ਕਰਿਓ ਇਹਨੂੰ ਪਲੀਜ਼ ਸ਼ੇਅਰ ਕਰ ਦਿਓ ਮੇਰੀ ਕਿਸੇ ਨੂੰ ਵੀ ਨਾ ਕਰਿਓ ਚਾਹੇ ਜਮੈਂ ਹੀ ਨਾ ਦੇਖਿਆ ਕਰੋ ਪਰ ਇਹਨੂੰ ਜ਼ਰੂਰ ਸ਼ੇਅਰ ਕਰ ਦਿਓ ਮੈਂ ਇੰਨਾ ਕਦੇ ਕਿਸੇ ਨੂੰ ਕਹਿੰਦਾ ਵੀ ਨਹੀਂ ਹੁੰਦਾ ਸ਼ੇਅਰ ਸ਼ੁਰੂ ਕਰਨਾ ਤਾਂ ਕਿ ਸਾਰੇ ਬੰਦਿਆਂ ਤੱਕ ਇਹ ਮੈਸੇਜ ਆ ਜਿਹੜਾ ਉਹ ਪਹੁੰਚ ਸਕੇ ਸੋ ਬਹੁਤਾ ਕੁਛ ਨਾ ਕਹਿੰਦਾ ਹੋਇਆ ਤੁਹਾਡਾ ਖਿਮਾ ਦਾ ਜਾਚਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮਾਰੇ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਥੈਂਕ ਯੂ